ਦਰਖਾਸਤ ਕੀਤੇ ਨੇ ਉਹਨਾਂ ਨੂੰ ਵਾਪਸ ਨਹੀਂ ਲੈਂਦਾ। ਅਸੀਂ ਵਾਪਸ ਨਹੀਂ ਜਾਵਾਂਗੇ, ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ, ਭਾਵੇਂ ਸਾਨੂੰ 6 ਮਹੀਨੇ ਸਾਲ ਬਹਿਣਾ ਪੈ ਜੇ, ਅਸੀਂ ਬਵਾਂਗੇ, ਅਸੀਂ ਵਾਪਸ ਨਹੀਂ ਜਾਵਾਂਗੇ। ਜੇ ਤਾਂ ਚੰਗਾ ਕੰਮ ਕਰਤਾ ਤੇ ਉਹਨਾਂ ਨੂੰ ਹੀਰੋ ਬਣਾਤਾ, ਜੇ ਅਸੀਂ ਕੋਈ ਮਾੜੀ ਆਪਣੀ ਆਵਾਜ਼ ਉਠਾਉਣੇ ਆ ਤੇ ਸਾਨੂੰ ਅੱਤਵਾਦੀ ਬਣਾ ਦਿੰਦੇ ਨੇ। ਬਾਅਦ ਵਿੱਚ 3-4 ਮਹੀਨੇ ਧਰਨਾ ਚੱਲਿਆ, ਰੇਲਾਂ ਰੋਕੀਆਂ, ਕਿਸੇ ਮੀਡੀਆ ਵਾਲੇ ਨੇ ਜਾ ਕੇ ਉੱਥੇ ਜਿਵੇਂ ਅੱਜ ਤੱਕ ਹੋ ਗਿਆ, ਹੋਰ ਚੈਨਲ ਹੈਗੇ ਨੇ, ਕੋਈ ਨਹੀਂ ਗਿਆ ਬੋਲਣੀ ਹੈ। ਮੈਂ ਮੋਦੀ ਸਰਕਾਰ ਨੂੰ ਇਹ ਬੇਨਤੀ ਕਰਦਾ ਵੀ ਮਨ ਕੀ ਬਾਤ ਦੇ ਵਿੱਚ ਇਹ ਕਹਿ ਦੇ ਵੀ ਕਿਸਾਨਾਂ ਦੇ ਜੋ ਕਾਲੇ ਕਾਨੂੰਨ ਮੈਂ ਕੀਤੇ ਸੀਗੇ ਉਹਨਾਂ ਨੂੰ ਮੈਂ ਵਾਪਸ ਲੈਣਾ। ਜਦੋਂ ਤੱਕ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਹੁੰਦੀ ਰਹੇਗੀ, ਸਾਡੀ ਜੰਗ ਜਾਰੀ ਰਹੂ। ਭਗਤ ਸਿੰਘ ਹੋਰਾਂ ਦੀ ਇਸੇ ਗੱਲ ਦੇ ਨਾਲ ਮੈਂ ਹਰਜੀਤ ਭੀਖੀ ਤੁਹਾਡਾ ਪੰਜਾਬੀ ਆਰ ਟੀ ਵੀ 'ਤੇ ਸਵਾਗਤ ਕਰਦਾ। ਇਸ ਵਕਤ ਅਸੀਂ ਸਿੰਘੂ ਬਾਰਡਰ 'ਤੇ ਹਾਂ ਅਤੇ ਵੱਖ ਵੱਖ ਤਰੀਕਿਆਂ ਦੇ ਨਾਲ ਕਿਸਾਨ ਮਜ਼ਦੂਰ ਜਿਹੜੇ ਆ ਉਹ ਵਿਰੋਧ ਕਰ ਰਹੇ ਨੇ। ਇੱਕ ਬਾਈ ਸਾਡੇ ਕੋਲ ਆ ਜੋ ਕਿ ਇੱਕ ਅਨੋਖੇ ਜਿਹੇ ਤਰੀਕੇ ਦੇ ਨਾਲ ਵਿਰੋਧ ਕਰ ਰਿਹਾ। ਹਾਲਾਂਕਿ ਲੋਕਤੰਤਰ ਸਾਡਾ ਜਿਹੜਾ ਦੇਸ਼ ਆ, ਪਰ ਫਿਰ ਵੀ ਸਾਨੂੰ ਜਿਹੜਾ ਬੋਲਣ ਦਾ ਹੱਕ ਨਹੀਂ ਦਿੱਤਾ ਜਾਂਦਾ। ਹਾਲਾਂਕਿ ਸਾਨੂੰ ਬੋਲਣ ਦਾ ਹੱਕ, ਆਪਣੀ ਗੱਲ ਰੱਖਣ ਦਾ ਪੂਰਾ ਹੱਕ ਹੈ, ਪਰ ਫਿਰ ਵੀ ਸਾਡੇ ਹੱਕਾਂ 'ਤੇ ਡਾਕਾ ਵੱਜ ਰਿਹਾ। ਤੁਸੀਂ ਵੇਖ ਸਕਦੇ ਹੋ ਕਿ ਵੀਰ ਸਾਡੇ ਨਾਲ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਜ਼ੰਜੀਰਾਂ ਦੇ ਵਿੱਚ ਜਕੜ ਰੱਖਿਆ। ਗੱਲ ਕਰ ਲੈਂਦੇ ਹਾਂ ਬਾਈ ਜੀ, ਕੀ ਕਾਰਨ ਹੈ ਲੋਕਤੰਤਰ ਡੈਮੋਕ੍ਰੇਸੀ ਦੇ ਵਿੱਚ ਵੀ ਅੱਜ ਤੁਸੀਂ ਜ਼ੰਜੀਰਾਂ 'ਚ ਜਕੜੇ ਹੋਏ ਹੋ, ਕੀ ਮੈਸੇਜ ਦੇਣਾ ਚਾਹੁੰਦੇ ਹੋ? ਇਹ ਜੀ ਗੋਰੇ ਚਲੇ ਗਏ ਅਤੇ ਕਾਲੇ ਆ ਗਏ। ਅਸੀਂ ਅੱਜ ਵੀ ਪੂਰੀ ਤਰ੍ਹਾਂ ਆਜ਼ਾਦ ਨਹੀਂ ਗਏ, ਅਸੀਂ ਅੱਜ ਵੀ ਜ਼ੰਜੀਰਾਂ ਦੇ ਵਿੱਚ ਜਕੜੇ ਪਏ ਹਾਂ। ਕਾਰਨ ਇਹ ਆ, ਜਦੋਂ ਕੋਈ ਅਸੀਂ ਕੋਈ ਵੀ ਸਮਾਗਮ, ਕਿਸਾਨ ਜਾਂ ਕੋਈ ਵੀ ਸਮਾਗਮ ਅਸੀਂ ਕਰਦੇ ਹਾਂ ਅਤੇ ਸਾਨੂੰ ਜੇ ਤਾਂ ਅਸੀਂ ਬਾਰਡਰਾਂ 'ਤੇ ਜਾ ਕੇ ਕੋਈ ਚੰਗਾ ਕੰਮ ਕਰਤਾ ਤਾਂ ਫਿਰ ਤਾਂ ਅਸੀਂ ਹੀਰੋ ਬਣ ਗਏ, ਅਤੇ ਜੇ ਅਸੀਂ ਆਪਦੇ ਆਪਦੀ ਹੱਕ ਵਾਸਤੇ ਅਸੀਂ ਆਵਾਜ਼ ਉਠਾਉਂਦੇ ਹਾਂ ਤਾਂ ਸਾਨੂੰ ਅੱਤਵਾਦੀ ਬਣਾ ਦਿੱਤਾ ਜਾਂਦਾ। ਕਿਉਂਕਿ ਮੈਂ ਇੱਕ ਕਿਸਾਨ ਹਾਂ, ਮੈਂ ਕਿਸਾਨ ਦਾ ਬੇਟਾ ਅਤੇ ਮੈਂ ਕਿਸਾਨ ਦਾ ਬੇਟਾ ਅਤੇ ਮੈਂ ਅੱਤਵਾਦੀ ਕਿਵੇਂ ਆ? ਇੱਥੇ ਸਾਰੇ ਕਿਸਾਨ ਆ, ਸਾਰੇ ਕਿਸਾਨ ਆ, ਕੋਈ ਅੱਤਵਾਦੀ ਨਹੀਂ ਗਿਆ। ਇਹ ਜੇ ਤਾਂ ਚੰਗਾ ਕੰਮ ਕਰਤਾ ਤਾਂ ਉਹਨਾਂ ਨੂੰ ਹੀਰੋ ਬਣਾਤਾ, ਜੇ ਅਸੀਂ ਕੋਈ ਮਾੜੀ ਆਪਦੀ ਆਵਾਜ਼ ਉਠਾਉਂਦੇ ਹਾਂ ਤਾਂ ਸਾਨੂੰ ਅੱਤਵਾਦੀ ਬਣਾ ਦਿੰਦੇ ਨੇ। ਇਸ ਕਰਕੇ ਅਸੀਂ ਅੱਜ ਵੀ ਜ਼ੰਜੀਰਾਂ ਦੇ ਵਿੱਚ ਜਕੜੇ ਪਏ, ਆਜ਼ਾਦ ਨਹੀਂ ਗਏ। ਅੱਛਾ, ਅਤੇ ਮੀਡੀਆ ਨੂੰ ਵੀ ਹੁਣ ਤਾਂ ਸ਼ਰਮ ਜੀ ਆਉਣ ਲੱਗ ਗਈ, ਜਦੋਂ ਵੀ ਕਿਸੇ ਜਗ੍ਹਾ ਤੋਂ ਨੰਗੀ ਦਾ ਲੋਕ ਅੱਖਾਂ ਕੱਢ ਕੱਢ ਕੇ ਵੇਖਦੇ ਆ, ਕੀ ਕਾਰਨ ਹੋ ਗਿਆ? ਮੀਡੀਆ ਨੂੰ ਰੋਲ ਨੂੰ ਕਿਵੇਂ ਦੇਖਿਆ ਤੁਸੀਂ ਮੋਰਚੇ ਦੇ ਵਿੱਚ? ਕਿਉਂਕਿ ਜ਼ਿਆਦਾਤਰ ਮੀਡੀਆ ਹੀ ਇਹ ਕੂੜ ਪ੍ਰਚਾਰ ਕਰ ਰਿਹਾ ਕਿ ਅੱਤਵਾਦੀ ਆ ਗਏ ਜੀ, ਨਕਸਲਵਾਦੀ ਆ ਗਏ। ਜਿਹੜਾ ਮੀਡੀਆ ਮਤਲਬ ਇਹ ਪ੍ਰਚਾਰ ਕਰਦਾ ਵੀ ਮੈਂ ਜਿਹੜਾ ਮੀਡੀਆ ਇੱਥੇ, ਮੈਂ ਮੀਡੀਆ ਦਾ ਬੜਾ ਜਿਹੜਾ ਇੱਥੇ ਮਤਲਬ ਪੂਰਾ ਆਪਦਾ ਦਿਖਾਉਂਦੇ ਆ, ਮੈਂ ਉਹਨਾਂ ਦਾ ਬੜਾ ਧੰਨਵਾਦੀ ਹਾਂ। ਬਾਕੀ ਇਹ ਕੂੜ ਪ੍ਰਚਾਰ ਵੀ ਕਰਦੇ ਉਹ ਸਾਨੂੰ ਪਤਾ ਕਿਹੜੇ ਮੀਡੀਆ ਵਾਲੇ ਕੂੜ ਪ੍ਰਚਾਰ ਕਰਦੇ ਨੇ, ਉਹ ਝੂਠਾ, ਉਹ ਅੱਤਵਾਦੀ ਬਣਾ ਦਿੰਦੇ ਨੇ, ਕਦੀ ਕਿਸੇ ਨੂੰ ਕੁਛ ਬਣਾ ਦਿੰਦੇ ਨੇ, ਕਦੀ ਕਿਸੇ ਨੂੰ ਉਹਨਾਂ ਉਹ ਮੀਡੀਆ ਜਦੋਂ ਪੰਜਾਬ ਦੇ ਵਿੱਚ 3-4 ਮਹੀਨੇ ਧਰਨਾ ਚੱਲਿਆ, ਰੇਲਾਂ ਰੋਕੀਆਂ, ਕਿਸੇ ਮੀਡੀਆ ਵਾਲੇ ਨੇ ਜਾ ਕੇ ਉੱਥੇ ਜਿਵੇਂ ਅੱਜ ਤੱਕ ਹੋ ਗਿਆ, ਹੋਰ ਚੈਨਲ ਹੈਗੇ ਨੇ, ਕੋਈ ਨਹੀਂ ਗਿਆ। ਅਤੇ ਜਦੋਂ ਇੱਥੇ ਆਣ ਕੇ ਕਿਸਾਨਾਂ ਨੇ ਅੰਦੋਲਨ ਕੀਤਾ ਅਤੇ ਉਹਨਾਂ ਨੂੰ ਚੁੱਕ ਕੇ ਅੱਤਵਾਦੀ ਬਣਾਤਾ ਇਸੇ ਮੀਡੀਆ ਨੇ। ਅੱਛਾ, ਕਿੱਥੋਂ ਆਏ ਹੋ ਬਾਈ ਜੀ? ਮੈਂ ਹਬੋਰ ਤੋਂ ਆਇਆ ਜੀ, ਪਿੰਡ ਰੁਕਨਪੁਰਾ ਖੂਹੀਖੇੜਾ, ਹਬੋਰ, ਪੰਜਾਬ। ਅੱਛਾ, ਕੀ ਤੁਹਾਨੂੰ ਜ਼ਰੂਰਤ ਕੀ ਲੱਗੀ ਕਿ ਆਪਣੇ ਆਪ ਨੂੰ ਇਸ ਤਰ੍ਹਾਂ ਜਿਹੜਾ ਪ੍ਰਦਰਸ਼ਨ ਕਰਨ ਦੀ? ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਪੂਰਾ ਦਿਖਾ ਦਿੱਤਾ ਜਾਵੇ ਕਿ ਬਾਈ ਕਿਸ ਤਰ੍ਹਾਂ ਆਪਣੇ ਆਪ ਨੂੰ ਕੀ ਲੋੜ ਪਈ ਹੈ, ਤੁਹਾਨੂੰ ਕਿਵੇਂ ਲੱਗਿਆ ਕਿ ਅਸੀਂ ਅੱਜ ਵੀ ਜਿਹੜਾ ਉਹ ਜ਼ੰਜੀਰਾਂ 'ਚ ਜਕੜੇ ਹੋਏ ਹਾਂ? ਅਸੀਂ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ ਅਸੀਂ ਆਜ਼ਾਦ ਨਹੀਂ ਗਏ, ਸਾਨੂੰ ਕੁੱਟਣ ਮਹਿਸੂਸ ਹੁੰਦੀ, ਅਸੀਂ ਅਜੇ ਵੀ ਜ਼ੰਜੀਰਾਂ ਦੇ ਵਿੱਚ ਹੀ ਬੱਝ ਕੇ ਰਹਿ ਗਏ। ਜੇ ਕਾਨੂੰਨ ਪਾਸ ਹੋ ਗਏ, ਜੇ ਕਾਨੂੰਨ ਪਾਸ ਹੁੰਦੇ ਸਮਝ ਲਓ ਸਾਡੇ ਜ਼ੰਜੀਰਾਂ ਬੱਝ ਗਈਆਂ, ਪੱਕੀਆਂ ਜ਼ੰਜੀਰਾਂ ਵੱਜਣਗੀਆਂ। ਇਸ ਕਰਕੇ ਅਸੀਂ ਮੋਦੀ ਸਰਕਾਰ ਨੂੰ ਕਹਿੰਦੇ ਹਾਂ, ਉਹਨੇ ਅੱਜ ਮਨ ਕੀ ਬਾਤ ਬੋਲਣੀ ਹੈ। ਮੈਂ ਮੋਦੀ ਸਰਕਾਰ ਨੂੰ ਇਹ ਬੇਨਤੀ ਕਰਦਾ ਵੀ ਮਨ ਕੀ ਬਾਤ ਦੇ ਵਿੱਚ ਇਹ ਕਹਿ ਦੇ ਵੀ ਕਿਸਾਨਾਂ ਦੇ ਜੋ ਕਾਲੇ ਕਾਨੂੰਨ ਮੈਂ ਕੀਤੇ ਸੀਗੇ ਉਹਨਾਂ ਨੂੰ ਮੈਂ ਵਾਪਸ ਲੈਂਦਾ, ਅਤੇ ਕਿਸਾਨ ਮਨ ਕੀ ਬਾਤ ਦੇ ਵਿੱਚ ਇਹ ਗੱਲ ਬੋਲੇ ਫਿਰ ਤਾਂ ਹੋ ਗਈ ਮਨ ਕੀ ਬਾਤ, ਅਤੇ ਸਾਨੂੰ ਹੋਰ ਮਨ ਕੀ ਬਾਤ ਦੀ ਲੋੜ ਨਹੀਂ ਹੈ। ਅਸੀਂ ਆਪਦੇ ਸਾਰੇ ਜਿੰਨੇ ਵੀ ਕਿਸਾਨ ਭੈਣ ਭਰਾ ਹੈਗੇ ਨੇ ਸਭ ਜਾਣਦੇ ਆ ਵੀ ਕੀ, ਜੇ ਤਾਂ ਇਹ ਬੋਲੇਗਾ ਫਿਰ ਤਾਂ ਬੜਾ ਵਧੀਆ ਵੀ ਕਾਨੂੰਨ ਵਾਪਸ ਆਈ ਆ, ਮੈਂ ਆਪਦੇ ਵਾਪਸ ਲੈਂਦਾ ਅਤੇ ਕਿਸਾਨ ਸਾਰੇ ਖੁਸ਼ ਆਪਦੇ ਘਰਾਂ ਨੂੰ ਜਾਣਗੇ। ਅਤੇ 3 ਮਹੀਨੇ ਆਪਾਂ ਪੰਜਾਬ ਦੇ ਵਿੱਚ ਬੈਠੇ ਰਹੇ, ਹੁਣ ਇੱਥੇ ਵੀ ਬਹੁਤ ਸਾਰੇ ਦਿਨ ਹੋ ਗਏ ਨੇ, ਤੁਹਾਨੂੰ ਕੀ ਲੱਗਦਾ ਕਿਤੇ ਕਮੀ ਰਹਿ ਗਈ? ਮੋਦੀ ਸਰਕਾਰ ਕਿਉਂ ਨਹੀਂ ਝੁੱਕ ਰਹੀ? ਜਾਂ ਉਹਨਾਂ ਨੂੰ ਝੁਕਾ ਲਾਂਗੇ ਉਮੀਦ ਹੈ? ਝੁਕਣਾ ਪੈਣਾ ਜੀ, ਝੁਕਾ ਕੇ ਹੀ ਜਾਵਾਂਗੇ, ਝੁਕਣਾ ਪਏਗਾ। ਜਿੰਨਾ ਤੀਕਰ ਆਪਦੇ ਕਾਲੇ ਕਾਨੂੰਨ ਜਿਹੜੇ ਉਹਨੇ ਪਾਸ ਕੀਤੇ ਨੇ ਉਹਨਾਂ ਨੂੰ ਵਾਪਸ ਨਹੀਂ ਲੈਂਦਾ, ਅਸੀਂ ਵਾਪਸ ਨਹੀਂ ਜਾਵਾਂਗੇ, ਅਸੀਂ
संघर्ष नूं होर तेज़ करांगे। ਭਾਵੇਂ ਸਾਨੂੰ 6 ਮਹੀਨੇ ਸਾਲ ਬਹਿਣਾ ਪੈ ਜੇ ਅਸੀਂ ਬਵਾਂਗੇ, ਅਸੀਂ ਵਾਪਸ ਨਹੀਂ ਜਾਵਾਂਗੇ। ਜੇ ਪਿੰਡੋਂ 3-4 ਟਰਾਲੀਆਂ ਇਧਰੋਂ 10 ਜਾਂਦੀਆਂ ਨੇ, ਉਧਰੋਂ 50 ਟਰਾਲੀਆਂ ਆਉਂਦੀਆਂ ਵੀ ਆ। ਇਹ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਅਤੇ ਇਹ ਕਾਨੂੰਨ ਕਾਲੇ ਜਿਹੜੇ ਕਾਨੂੰਨ ਉਹਨਾਂ ਨੂੰ ਵਾਪਸ ਕਰਾ ਕੇ ਹੀ ਛੱਡਾਂਗੇ।